1469 ਤੋਂ ਸ਼ੁਰੂ ਹੋ ਕੇ ਫਿਰ 1708 ਤੱਕ ਲਗਾਤਾਰ ਤਕਰੀਬਨ 2.5 ਸੌ ਸਾਲ ਦਾ ਸਮਾਂ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਸਰੀਰ ਕਰਕੇ ਗੁਰੂ ਪੰਥ ਦੇ ਲਿਖੇ ਲਾਇਆ ਉਹ ਤੋਂ ਇਲਾਵਾ ਸਤਗੁਰ ਜੀ ਨੇ ਸਾਨੂੰ ਬਹੁਤ ਵੱਡੀਆਂ ਪ੍ਰੇਰਤਾਂ ਵੀ ਪਾ ਕੇ ਦਿੱਤੀਆਂ ਜਿਨ੍ਹਾਂ ਪੀਰਤਾਂ ਦੇ ਵਿੱਚ ਗੁਰ ਸ਼ਬਦ ਦਾ ਜਾਗਰ ਕਰਨਾ ਗੁਰੂ ਕੇ ਸਿੱਖ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਨਾ ਉਹ ਤੋਂ ਇਲਾਵਾ ਸ਼ਹਾਦਤ ਦਾ ਸਫਰ ਅਨੇਕਾਂ ਹੀ ਸਤਗੁਰ ਜੀ ਨੇ ਸਾਨੂੰ ਉਹ ਗੁਰ ਇਤਿਹਾਸ ਰਹੀਂ ਤੇ ਸਿੱਖ ਇਤਿਹਾਸ ਰਹੀਂ ਸਾਡੇ ਲਈ ਪ੍ਰੇਰਨਾ ਦਿੱਤੀ ਤੇ ਅੱਜ ਦੇ ਯੋਕੇ ਯੁੱਗ ਵਿੱਚ ਵੀ ਤੇ ਗੁਰੂ ਕਾਲ ਤੋਂ ਬਾਅਦ ਵੀ ਇਹ ਜਿਹੜੀਆਂ ਸ਼ਹੀਦੀਆਂ ਨਿਰੰਤਰ ਐਵੇਂ ਜਾਰੀ ਰਹੀਆਂ ਤੇ ਖਾਲਸਾ ਪੰਥ ਦੀ ਸਭ ਤੋਂ ਵੱਡੀ ਬਲੱਖਣਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਸਿੱਖ ਨੂੰ ਇੱਕ ਆਦੇਸ਼ ਕਰ ਦਿੱਤਾ ਕਿ ਕੋਈ ਵੀ ਕੌਮੀ ਮਸਲਾ ਹੋਵੇ ਉਹ ਇਸ ਪਵਿੱਤਰ ਤਖਤ ਤੇ ਆ ਕੇ ਆਪਣੀ ਪੁਕਾਰ ਕਰ ਸਕਦਾ ਤੇ ਇਸੇ ਤਰਜ਼ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇੱਥੇ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਸ਼ਹਾਦਤਾਂ ਵੀ ਆਪਣੀਆਂ ਦਿੰਦੇ ਰਹੇ ਤੇ ਜੇ ਅਕਾਲੀ ਫੂਲਾ ਸਿੰਘ ਸਿੰਘ ਸਾਹਿਬ ਜੀ ਦੀ ਗੱਲ ਕਰ ਲਵਾਂ ਤੇ ਉਹਨਾਂ ਨੇ ਅੱਜ ਤੋਂ 200 ਸਾਲ ਪਹਿਲਾਂ ਜਿੱਥੇ ਬਲਖਣ ਪੈੜਾਂ ਪਾਈਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਵਿਰਾਸਤ ਨੂੰ ਨਵੀਂ ਸੇਧ ਵੀ ਦਿੱਤੀ ਉੱਥੇ ਸ਼ਹੀਦੀ ਜਾਮ ਵੀ ਕੀਤਾ ਸੋ ਉਹਨਾਂ ਦੀ ਸ਼ਤਾਬਦੀ ਜਿਹੜੀ 200 ਸਾਲਾਂ ਸਹਿਦ ਦੀ ਸ਼ਤਾਬਦੀ 14 ਮਾਰਚ ਨੂੰ ਸਮੁੱਚਾ ਪੰਥ ਤੇ ਉਹਦੇ ਨਾਲ ਕਿਉਂਕਿ ਸਾਡੀ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ 96 ਕਰੋੜੀ ਉਹਦੇ ਵਿੱਚ ਵੀ ਉਹ ਮੁਖੀ ਦੇ ਤੌਰ ਤੇ ਆਪਣੀਆਂ ਸੇਵਾ ਨਿਭਾਉਂਦੇ ਰਹੇ ਤੇ ਅਕਾਲੀ ਫੂਲਾ ਸਿੰਘ ਦਾ ਇੱਕ ਇਹ ਵੀ ਇਤਿਹਾਸ ਆ ਵੀ 18 ਸਿਰ ਦਾ ਕੰਮਰ ਕੱਸਾ ਹੁੰਦਾ ਸੀ ਤੇ ਉਹਨਾਂ ਨੇ ਆਪਣੇ ਬਤੌਰ ਜਥੇਦਾਰ ਕਿਉਂਕਿ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਪੰਥ ਦੇ ਸਿੱਖ ਰਾਜ ਦੇ ਬਾਦਸ਼ਾਹ ਸਿਗੇ ਤੇ ਉਸ ਵੇਲੇ ਵੀ ਜੇ ਕੋਈ ਉਹ ਕਿਤੇ ਅਭੇਲਣਾ ਕਰ ਜਾਂਦੇ ਸੀ ਤੇ ਅਕਾਲੀ ਫੂਲਾ ਸਿੰਘ ਹੁਣੀ ਨਿਰ ਸੰਕੋਚ ਉਸ ਪਵਿੱਤਰ ਸੁਨਾਤ ਨੂੰ ਉਜਾਗਰ ਕੀਤਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਸੀ ਤੋਂ ਇਹੋ ਜਹੇ ਕਰਨੀ ਤੇ ਕਤਨੀ ਦੇ ਸੂਰਤ ਸੰਤ ਤੇ ਸਿਪਾਹੀ ਇਨਾਂ ਦੀ ਜਿਹੜੀ ਸ਼ਹੀਦੀ ਵਰਸੀ 200 ਸਾਲਾਂ ਚਤਾਵਦੀ ਦੇ ਰੂਪ ਦੇ ਵਿੱਚ ਸਾਰਾ ਖਾਲਸਾ ਪੰਥ ਮਨਾ ਰਿਹਾ ਜਿਹਦੇ ਲਈ ਰੋਮਣੀ ਅਕਾਲੀ ਬੁੱਢਾ ਦਲ ਆਪਣੇ ਤੌਰ ਦੇ ਉੱਤੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਜਾਂ ਵੱਖ-ਵੱਖ ਜਿੱਥੇ-ਜਿੱਥੇ ਵੀ ਉਹਨਾਂ ਦੀ ਛੋਹ ਪ੍ਰਾਪਤ ਆ ਉਹ ਉਹ ਸਥਾਨਾਂ ਦੇ ਉੱਤੇ ਇਹ ਗੁਰਮਤ ਦੇ ਸਮਾਗਮ ਕਰਾ ਰਹੇ ਆ ਜਿੱਥੇ ਅਕਾਲੀ ਫੂਲਾ ਸਿੰਘ ਜੀ ਦਾ ਨਗਰ ਆ ਢੇਲਾ ਸਿੰਘਾਂ ਉੱਥੇ ਵੀ 4 ਦਿਨ ਦੇ ਸਮਾਗਮ ਲਗਾਤਾਰ ਨਿਰੰਤਰ ਉੱਥੇ ਵੀ ਜਾਰੀ ਰਹਿਣੇ ਉਥੋਂ ਪਹਿਲਾਂ ਨਗਰ ਕੀਰਤਨ ਵੀ ਲੈ ਕੇ ਆਉਂਦਾ ਸੋ 12 ਤਰੀਕ ਨੂੰ ਇੱਕ ਨਾਹਨ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਅਕਾਲੀ ਬੁਰਜ ਬਾਬਾ ਫੂਲਾ ਸਿੰਘ ਜੀ ਉਸ ਸਥਾਨ ਤੇ ਜਾਊਗਾ 13 ਤਰੀਕ ਨੂੰ ਉਸੇ ਸਥਾਨ ਦੇ ਉੱਤੇ ਤੇ 14 ਤਰੀਕ ਨੂੰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਉਹ ਸਾਰੇ ਸਮਾਗਮ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਚੱਲਣੇ ਆ 11 12 13 ਤੇ 14 13 ਨੂੰ ਉਵੇਂ ਕਿਉਂਕਿ ਖਾਲਸੇ ਦਾ ਨਵਾਂ ਬਰਾ ਵੀ 14 ਤਰੀਕ ਸ਼ੁਰੂ ਹੋਣਾ ਤੇ ਉਹਦੇ ਲਈ ਰਾਤ ਦੇ ਸਾਡੇ 13 ਤਰੀਕ ਦੇ ਵੱਡੇ ਸਮਾਗਮ ਵੀ ਇਸੇ ਮੰਜੀ ਸਾਹਿਬ ਦੀਵਾਨ ਹਾਲ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਣੇ ਆ ਤੇ 14 ਨੂੰ ਫਿਰ ਜਿੱਥੇ ਆਪਾਂ ਨਵੇਂ ਬਰੇ ਦੀ ਆਮਦ ਗੁਰਮਤਨਕੂਲ ਨਾਰਕਸ਼ਾਈ ਕਲੰਡਰ ਉਹਦੀ ਸ਼ੁਰੂਆਤ ਕਰਨੀ ਆ ਉੱਥੇ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਉਹਨਾਂ ਦੀ ਪਵਿੱਤਰ ਯਾਦ ਨੂੰ ਵੀ ਸਮਰਪਿਤ ਆਪਾਂ ਵੱਡੇ ਸਮਾਗਮ ਮਨਾਉਣੇ ਆ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਮਹਾਨ ਕਥਨੀ ਤੇ ਕਰਨੀ ਦੇ ਸੂਰਾ ਜਿਨ੍ਹਾਂ ਨੇ ਆਪਣੀ ਉਮਰ ਦਾ ਤਕਾਜ਼ਾ ਨਹੀਂ ਦੇਖਿਆ ਗੌਰ ਸਿਧਾਂਤ ਤੇ ਪਹਿਰਾ ਦੇਣ ਦਾ ਸਮਾਂ ਆਇਆ ਗੱਜ ਵੱਜ ਕੇ ਨਿਰਸੰਦੇਹ ਬਗੈਰ ਕਿਸੇ ਲਾਲਚ ਭੈ ਤੋਂ ਮਹਾਰਾਜਾ ਰਣਜੀਤ ਸਿੰਘ ਵਰਗਾ ਜਿਹੜਾ ਬਹੁਤ ਸ਼ਕਤੀਸ਼ਾਲੀ ਰਾਜਾ ਸੀ ਉਹਨੂੰ ਵੀ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਜਿਹੜੀਆਂ ਇਹ ਸਜਾਵਾਂ ਸਜਾਵਾਂ ਨਾ ਕਹਿ ਲਵਾਂ ਇੱਕ ਸਾਡਾ ਸਜਾਵਾਂ ਦਾ ਸ਼ਬਦ ਹੁੰਦਾ ਇੱਕ ਗੁਰਮਤ ਅਨੁਕੂਲ ਹੁੰਦਾ ਵੀ ਅਸੀਂ ਕਹਿਣ ਹੈ ਜੀ ਜੋੜੇ ਝਾੜੋ ਜਾਂ ਭਾਂਡੇ ਮਾਂਜੋ ਜਾਂ ਦੇ ਕਰਾ ਦੇਵੇ ਐਨੇ ਜਪਜੀ ਸਾਹਿਬ ਦੇ ਪਾਠ ਜਾਂ ਅਖੰਡ ਪਾਠ ਸਾਹਿਬ ਜਿਹਾ ਸਹਿਜ ਪਾਠ ਆਪ ਕਰੇ ਪਰ ਜਿਹੜੀ ਉਹ ਬਲਖਣਤਾ ਉਹਨਾਂ ਦੀ ਸੀ ਕੋੜੇ ਮਾਰਨ ਦੀ ਏ ਮੈਂ ਸਮਝਦਾ ਕੋਈ ਸ਼ਾਇਦ ਇਤਿਹਾਸ ਦੇ ਵਿੱਚ ਬਹੁਤ ਵੱਡੀ ਗੱਲ ਸੀ ਸੋ ਉਹਨਾਂ ਸ਼ਖਸੀਤਾਂ ਨੂੰ ਹਮੇਸ਼ਾ ਚੇਤੇ ਰੱਖਿਆ ਜਾਂਦਾ ਜਿਹੜੀਆਂ ਚੰਗੀਆਂ ਪਿਰਤਾਂ ਪਾ ਕੇ ਜਾਂਦੀਆਂ ਸੋ ਉਸ ਮਹਾਨ ਯੋਧੇ ਲਈ ਸੀ ਇਹ ਪਵਿੱਤਰ ਜਾਦ ਵਿੱਚ ਜੋੜਨਾ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਸਾਰੇ ਜੁੜ ਕੇ ਆਪਾਂ ਜਿੱਥੇ ਗੁਰਮੰਧ ਦਾ ਲਾਹਾ ਲਈਏ ਉਥੇ ਕਾਲ ਤਖਤ ਦੇ ਜਸੇਦਾਰ ਦੇ ਤੌਰ ਤੇ ਤੇ ਬੁੱਢਾ ਦਲ ਦੇ 92 ਕਰੋੜ ਦੇ ਜਸੇ ਦੌਰ ਦੇ ਉੱਤੇ ਜਿਹੜੀਆਂ ਸਾਂਝੀਆਂ ਸਵਾਵਾਵਾਂ ਨੇ ਨਵਾਈਆਂ ਉਹਨਾਂ ਪਿਰਤਾਂ ਨੂੰ ਯਾਦ ਵੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ